ਪੈਰਿਸ ਦੇ ਹਸਪਤਾਲ ਦੇ ਵਿੱਚ ਆਹ ਪੰਜਾਬੀ ਮੁੰਡਾ ਮਿਲਿਆ ਆ ਅੰਕਲ ਇਕਬਾਲ ਭੱਟੀ ਨੂੰ। ਨਾਮ ਇਸ ਦਾ ਹੈਗਾ ਪਰਮਜੀਤ ਸਿੰਘ, ਅੱਖਾਂ ਤੋਂ ਇਸ ਨੂੰ ਦਿਸਦਾ ਨਹੀਂਗਾ। ਪਿਓ ਦਾ ਨਾਮ ਹੈਗਾ ਇਸ ਦਾ ਨਿਸ਼ਾਨ ਸਿੰਘ ਅਤੇ ਕੁਰੂਕਸ਼ੇਤਰ ਹਰਿਆਣੇ ਦਾ ਆ। ਇਸ ਦੇ ਦੱਸਣ ਮੁਤਾਬਕ ਇਸ ਦੇ ਮਾਂ ਬਾਪ ਦੀ ਮੌਤ ਹੋ ਚੁੱਕੀ ਆ। ਇਸ ਦੀ ਇੱਕ ਛੋਟੀ ਭੈਣ ਜਾਂਦੀ ਆ ਜਿਸ ਦਾ ਇਹ ਨਹੀਂ ਪਤਾ ਕਿ ਉਹ ਇੰਡੀਆ ਪੰਜਾਬ ਦੇ ਵਿੱਚ ਕਿੱਥੇ ਰਹਿੰਦੀ ਆ। ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਆ, ਵੱਧ ਤੋਂ ਵੱਧ ਆਪਣੀ ਜ਼ਿੰਮੇਵਾਰੀ ਸਮਝ ਕੇ ਜਿੱਥੇ ਵੀ ਤੁਸੀਂ ਕਰ ਸਕਦੇ ਹੋ, ਕਿਉਂਕਿ ਇਸ ਲੜਕੇ ਦਾ ਯਾਰ ਪੁੰਨ ਲੱਗੂਗਾ ਪਰਮਜੀਤ ਸਿੰਘ ਦਾ, ਕਿਉਂਕਿ ਹਸਪਤਾਲ ਵਾਲੇ ਖੁਦ ਕਹਿੰਦੇ ਆ ਕਿ ਮੁੰਡਾ ਬਹੁਤ ਚੰਗਾ ਆ ਅਤੇ ਅਸੀਂ ਨਹੀਂ ਚਾਹੁੰਦੇ ਕਿ ਵੀ ਇਹ ਬਾਹਰ ਰੋਡ ਦੇ ਉੱਪਰ ਰੁਲੇ, ਕਿਉਂਕਿ ਜਦੋਂ ਹਸਪਤਾਲ ਆਉਣ ਤੋਂ ਪਹਿਲਾਂ ਇਹ ਰੋਡ 'ਤੇ ਸੌਂਦਾ ਸੀ ਅਤੇ ਕਿਸੇ ਨੇ ਭਲਾ ਕਰਤਾ ਇਸ ਨੂੰ ਹਸਪਤਾਲ ਪਹੁੰਚਾਤਾ ਅਤੇ ਡਾਕਟਰਾਂ ਨੇ ਇਸ ਦਾ ਇਲਾਜ ਕਰਤਾ। ਹੁਣ ਡਾਕਟਰ ਕਹਿੰਦੇ ਵੀ ਇਸ ਨੂੰ ਇਹਦੇ ਪਰਿਵਾਰ ਤੱਕ ਪਹੁੰਚਾ ਦਿੱਤਾ ਜਾਵੇ। ਡਾਕਟਰਾਂ ਨੇ ਪਹੁੰਚ ਕੀਤੀ ਅੰਕਲ ਇਕਬਾਲ ਭੱਟੀ ਤੱਕ ਅਤੇ ਉਹਨਾਂ ਵੱਲੋਂ ਹੀ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਅਪੀਲ ਆ ਕਿ ਜੇਕਰ ਕੋਈ ਵੀ ਇਸ ਲੜਕੇ ਨੂੰ ਪਹਿਚਾਣਦਾ ਆ, ਉਹਨਾਂ ਦੇ ਪਿੰਡ ਦਾ ਆ, ਤਾਂ ਪਲੀਜ਼ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ। ਮੈਂ ਅੰਕਲ ਦਾ ਨੰਬਰ ਬੋਲ ਦਿੰਦਾ ਆ, 0033 ਜਿਹੜਾ ਆ ਉਹ ਫਰਾਂਸ ਦਾ ਕੋਡ ਆ, 7531299 72, 0033 7531299 72। ਇਹ ਅੰਕਲ ਜੀ ਦਾ ਨੰਬਰ ਆ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਜੇ ਅੰਕਲ ਦਾ ਫੋਨ ਨਹੀਂ ਲੱਗੂਗਾ ਤਾਂ ਮੇਰਾ ਨੰਬਰ ਨੋਟ ਕਰ ਲਓ, 0033 ਫਰਾਂਸ ਦਾ ਕੋਡ, 6125370 40। ਅਤੇ ਪਲੀਜ਼ ਆਪਣੀ ਜ਼ਿੰਮੇਵਾਰੀ ਸਮਝ ਕੇ ਯਾਰ ਪੁੰਨ ਲੱਗੂਗਾ ਇਸ ਮੁੰਡੇ ਦਾ। ਵੀਡੀਓ ਨੂੰ ਜਿੰਨਾ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਵੱਧ ਤੋਂ ਵੱਧ ਜ਼ਰੂਰ ਕਰਿਓ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ।